साध पठाए आप हर हम तुम ते नाही दूर। नानक भ्रम पौ मिट गए रमण राम भरपूर। संत सवा ओट गुर पूरे तुर मस्तक लेख लिखाए। जन नानक कंत रंगीला पाया फिर दुख न लागे आए। जन नानक कंत रंगीला पाया निघी ते मिठी याद दे विच सलाना जोड़ मेल दे समय ते हाजरियां भर रहे गुरु रूप गुरु खालसा साध संगत जीओ। सुआओ सब तो पहला गुरु चरणा दे विच आपो अपनियां हाजरियां लगवाइए, रसना पवित्र करिए जी। वाहिगुरु जी का खालसा, वाहिगुरु जी की फतह। परम सन्मान योग सत्कार योग साध संगत जीओ, श्रीमान संत बाबा नारायण सिंह जी मोनी, तिन्हां ने गुरद्वारा ज्योति सरूप दी पावन पवित्र धरती ते साहिबजादा बाबा जोरावर सिंह, साहिबजादा बाबा फतेह सिंह, जगत माता गुजर कौर जी दी निघी गोद दे विच अपने अंतम सुआस लई। सो उन्हां महापुरखां दी याद दे विच आपां जुड़ बैठे हाँ। सुदास तो पहलां साडे बहुत ही सत्कारयोग भाई गुरतेज सिंह जी जो स्टेज सकत्तर दी सेवा निभा रहे ने, तिन्हां ने बहुत ही विस्थार दे नाल जो महापुरशां दे इस स्थान ते कार्ज चल रहे हन, देश दे विदेश दे विच जो गतिविधियां हन, समाज सेवा लोग भलाई दे कार्ज हन, उन्हां नूं बाखूबी बयान किया है। अज इस स्थान तो दुध दीआं दातां, पुत दीआं दातां, विद्या दा दान, विदेशां दी यात्रा, चंगे अहुदे ये संगतां प्राप्त कर रहियां हन। सगुरु प्यार वाले शुकराने कर रहियां ने संगतां। कई दिन रोज़ तो अखंड जापां दी लड़ी, सो दिल दीआं गहराइयां दे विचों धन्नवाद है जिन्हां गुरमुख प्यारियां ने अखंड पाठां दीआं सेवावां लईआं हन। दिल दीआं गहराइयां दे विचों धन्नवाद है महापुरशां तों विरसाए हुए श्रीमान संत ज्ञानी रणजीत सिंह जी, तिन्हां दे समुचे जथे दा जिहड़े कि संगतां तों सेवावां करवा रहे हन। सो जिन्हां ग्रंथी सिंघां ने पाठी सिंघां ने जाप करन दीआं सेवावां निभाईआं, उन्हां दा भी दिल दीआं गहराइयां दे विचों धन्नवाद है। सो वख वख नगरां दीआं गुरमुख संगतां ने लंगरां दीआं सेवावां लईआं हन। तीन दिन रोज़ तो अणथक सेवादार बन के निष्काम सेवावां कीतीआं हन। सेवा करत होए निकामी तिस कौ होत प्राप्त स्वामी। सो आओ गुरु प्यार वालिओ,
ਇਹ ਜਿਹੜੀਆਂ ਦਾਤਾਂ ਨੇ ਇਹ ਸ਼ਹੀਦਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਹਨ। ਦਾਸ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਇਤਿਹਾਸ ਦੇ ਵਿੱਚੋਂ ਸਿਰਫ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ, ਕਿਉਂਕਿ ਸਮੇਂ ਦੀ ਸੀਮਾ ਦੇ ਵਿੱਚ ਰਹਿਣਾ ਹੈ। ਬੇਅੰਤ ਗੁਰੂ ਘਰ ਦੇ ਮਹਾਨ ਕਥਾਵਾਚਕਾਂ ਨੇ, ਵਿਦਵਾਨਾਂ ਨੇ, ਢਾਡੀ ਜਥਿਆਂ ਨੇ, ਮਹਾਂਪੁਰਸ਼ਾਂ ਨੇ ਆਪ ਜੀ ਨਾਲ ਇਤਿਹਾਸ ਦੀ ਸਾਂਝ ਪਾਉਣੀ ਹੈ। ਸੋ ਗੁਰੂ ਪਿਆਰ ਵਾਲਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲੱਖ ਅਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਤਿੰਨਾਂ ਬਾਰੇ ਯੋਗੀ ਅੱਲਾ ਯਾਰ ਖਾਨ ਨੇ ਬਾ ਕਮਾਲ ਸਿਫਤ ਲਿਖੀ ਹੈ। ਕਹਿੰਦੇ, ਹਰ ਚਾਂਦ ਸੇ ਜਵੇਂ ਕੋ ਗ੍ਰਹਿਣ ਸਾ ਲਗਾ ਗਈ, ਲਖ ਤੇ ਜ਼ਿਗਰ ਗੁਰੂ ਕੇ ਵੋ ਦੋਨੋਂ ਛੁਪਾ ਗਈ। ਜੋਗੀ ਜੀ ਇਸ ਕੇ ਬਾਅਦ ਹੋਈ ਥੋੜ੍ਹੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਇੱਟੋਂ ਕਾ ਢੇਰ ਥੀ। ਜੋਗੀ ਅੱਲਾ ਯਾਰ ਖਾਨ ਨੇ ਬਚਨ ਲਿਖੇ ਨੇ, ਔਰ ਉਹਨਾਂ ਦੇ ਦਿਲ ਦੀ ਹੋਕ ਵੀ ਹੈ ਕਿ ਇਸ ਧਰਤੀ 'ਤੇ ਗੁਰੂਆਂ ਦੇ ਚਰਨ ਪਏ, ਗੁਰਮੁਖਾਂ ਦੇ, ਬ੍ਰਹਮ ਗਿਆਨੀਆਂ ਦੇ ਚਰਨ ਪਏ, ਧਰਤੀ ਪਵਿੱਤਰ ਸੀ, ਪਰ ਇੱਕ ਟੁਕੜਾ ਧਰਤੀ ਦਾ, ਪੂਰੀ ਉਹ ਧਰਤੀ ਦੀ ਗੱਲ ਕਰ ਰਹੇ ਨੇ ਕਿ ਉਹਨੇ ਇਸ ਧਰਤੀ ਨੂੰ ਗ੍ਰਹਿਣ ਲਗਾ ਦਿੱਤਾ। ਹਰ ਚਾਂਦ ਸੀ ਜਵੀਂ ਕੋ ਗ੍ਰਹਿਣ ਸਾ ਲਗਾ ਗਈ, ਇੱਕ ਧਰਤੀ ਦੇ ਟੁਕੜੇ ਨੇ ਬਹੁਤ ਵੱਡਾ ਕਲੰਕ ਲਾ ਦਿੱਤਾ ਇਸ ਧਰਤੀ ਨੂੰ। ਕਿਉਂ, ਉਹ ਕਿਹੜਾ ਕਲੰਕ ਹੈ? ਲਖ ਤੇ ਜ਼ਿਗਰ ਗੁਰੂ ਕੇ ਵੋ ਦੋਨੋਂ ਛੁਪਾ ਗਈ। ਜਿਵੇਂ ਹੁਣ ਠੰਡ ਦਾ ਮੌਸਮ ਚੱਲ ਰਿਹਾ ਹੈ, ਦੇਖਦੇ ਹਾਂ ਸਾਡੀਆਂ ਮਤਾਵਾਂ ਬੀਬੀਆਂ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੀਆਂ ਮਾਰੀਆਂ ਆਪਣੀ ਪੂਰੀ ਬੁੱਕਲ ਦੇ ਵਿੱਚ ਲਕੋ ਲੈਂਦੀਆਂ ਹਨ। ਇਸ ਤਰ੍ਹਾਂ ਕਹਿੰਦੇ ਇਹ ਧਰਤੀ ਨੇ ਵੀ ਆਪਣੀ ਬੁੱਕਲ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਛੁਪਾ ਲਿਆ। ਲਖ ਤੇ ਜ਼ਿਗਰ ਗੁਰੂ ਕੇ ਵੋ ਦੋਨੋਂ ਛੁਪਾ ਗਈ। ਜੋਗੀ ਜੀ ਇਸ ਕੇ ਬਾਅਦ ਹੋਈ ਥੋੜ੍ਹੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਟੋਂਕਾ ਢੇਰ ਥੀ। ਜੋਗੀ ਜੀ ਕਹਿੰਦੇ ਹਨ ਕਿ ਇਹ ਘਟਨਾ ਵਾਪਰੀ ਨੂੰ ਥੋੜ੍ਹੀ ਦੇਰ ਹੀ ਹੋਈ ਸੀ ਕਿ ਇਹ ਜਿਹੜੀ ਸਰਹੰਦ ਦੀ ਧਰਤੀ ਹੈ, ਬਸਤੀ ਸੀ, ਇਹ ਇੱਟਾਂ ਦੇ ਢੇਰ ਦੇ ਵਿੱਚ ਬਦਲ ਗਈ। ਸੋ ਗੁਰੂ ਪਿਆਰ ਵਾਲਿਓ, ਜੋ ਕਿਸੇ ਸਮੇਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਭਵਿੱਖਬਾਣੀ ਕੀਤੀ ਸੀ ਕਿ ਅਸੀਂ ਆਪਣਾ ਬਚਪਨ, ਜਵਾਨੀ, ਪੂਰੀ ਜਿਹੜੀ ਉਮਰ ਹੈ ਆਪਣੀ ਕੌਮ ਨੂੰ ਦੇ ਚੱਲੇ ਹਾਂ, ਆਪਣੇ ਸਿਰਾਂ ਦੇ ਉੱਤੇ ਸਿੱਖੀ ਮਹਿਲ ਦੀ ਉਸਾਰੀ ਕਰ ਚੱਲੇ ਹਾਂ, ਔਰ ਸਿੱਖੀ ਮਹਿਲ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਪਤਾੜ ਦੇ ਵਿੱਚ ਗੱਡ ਚੱਲੇ ਹਾਂ। ਹਮ ਜਾਣ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਂਵ ਆਪਣੇ ਸਰੋਂ ਪੇ ਉਠਾ ਚੱਲੇ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਬੁਰਿਆਈ ਕਾ ਕਿੱਸਾ ਇਸ ਜਹਾਂ ਸੇ ਮਿਟਾ ਚੱਲੇ, ਗੱਦੀ ਤਾਜੋ ਤਖਤ ਤੋਂ ਬਸ ਅਬ ਕੌਮ ਪਾਏਗੀ, ਇਸ ਜਹਾਂ ਸੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਸੋ ਗੁਰੂ ਪਿਆਰ ਵਾਲੇ, ਇਹ ਭਵਿੱਖਬਾਣੀ ਸੀ ਜਦੋਂ ਸਾਹਿਬਜ਼ਾਦਿਆਂ ਨੂੰ ਕਿਹਾ ਸੀ ਕਿ ਤੁਸੀਂ ਸਿੱਖ ਧਰਮ ਛੱਡ ਦਿਓ, ਦੀਨੇ ਇਸਲਾਮ ਕਬੂਲ ਕਰ ਲਵੋ, ਤਾਂ ਉਹਨਾਂ ਨੇ ਇਹ ਵੀ ਲਾਲਚ ਵੀ ਦਿੱਤੇ ਸੀ ਤੁਹਾਨੂੰ ਮੁਗਲ ਪਠਾਣਾ ਬੇਟੀਆਂ ਦੇ ਡੋਲੇ ਦਿੱਤੇ ਜਾਣਗੇ, ਸ਼ਾਹੀ ਮਹਿਲਾਂ ਦੇ ਵਿੱਚ ਤੁਹਾਡਾ ਨਿਵਾਸ ਹੋਵੇਗਾ, ਜਗੀਰਾਂ ਤੁਹਾਨੂੰ ਬਖਸ਼ ਦਿੱਤੀਆਂ ਜਾਣਗੀਆਂ, ਰਾਜ ਭਾਗ ਭੋਗੋਗੇ, ਇਹ ਸਿੱਖੀ ਨੇ ਤੁਹਾਨੂੰ ਕੀ ਦਿੱਤਾ ਹੈ? ਸੋ ਗੁਰੂ ਪਿਆਰ ਵਾਲੇ, ਉਹਨਾਂ ਨੇ ਇਹ ਬਚਨ ਕੀਤੇ ਸੀ ਕਿ ਠੀਕ ਹੈ ਅਸੀਂ ਤਾਂ ਰਾਜ ਭਾਗ ਨਹੀਂ ਮੰਨਣਾ, ਪਰ ਸਾਡੇ ਆਉਣ ਵਾਲੇ ਜਿਹੜੇ ਵਾਰਸ ਨੇ ਉਹ ਰਾਜ ਭਾਗ ਮੰਨਣਗੇ, ਗੱਦੀਆਂ 'ਤੇ ਵੀ ਬੈਠਣਗੇ, ਤਾਜੋ ਤਖਤਾਂ ਦੇ ਮਾਲਕ ਵੀ ਹੋਣਗੇ, ਗੱਦੀ ਤਾਜੋ ਤਖਤ ਤੋਂ ਬਸ ਅਬ ਕੌਮ ਪਾਏਗੀ, ਇਸ ਜਹਾਂ ਸੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਸੋ ਗੁਰੂ ਪਿਆਰ ਵਾਲਿਓ, ਜੋਗੀ ਜੀ ਨੇ ਜੋ ਕਿਹਾ ਕਿ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਫਿਰ ਬਹੁਤੀ ਦੇਰ ਨਹੀਂ ਲੱਗੀ ਹੈ, ਇਹਨੂੰ ਇੱਟਾਂ ਦੇ ਢੇਰ ਦੇ ਵਿੱਚ ਤਬਦੀਲ ਹੋਣ ਲੱਗਿਆਂ ਸਰਹੰਦ ਨੂੰ। ਸੋ ਗੁਰੂ ਪਿਆਰ ਵਾਲਿਓ, ਗੁਰੂ ਮਹਾਰਾਜ ਦੇ ਲਾਇਕ ਸਪੁੱਤਰ, ਸੋ ਜਿਸ ਤਰ੍ਹਾਂ ਕਿ ਸ਼੍ਰੀ ਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਡੰਕਾ ਵਜਾਇਆ, ਆਪ ਘੋਰ ਤਪੱਸਿਆ ਕੀਤੀ ਔਰ ਫਿਰ ਲੋਕਾਂ ਨੂੰ ਵੀ ਨਾਮ ਜਪਾਇਆ। ਸੋ ਗੁਰੂ ਪਿਆਰ ਵਾਲਿਓ, ਅੱਜ ਇਸ ਦਰ ਤੋਂ ਜੋ ਸਾਨੂੰ ਦਾਤਾਂ ਮਿਲਦੀਆਂ ਹਨ, ਸੁੱਖ ਸਹੂਲਤਾਂ ਫੈਸਿਲਿਟੀਆਂ ਮਿਲਦੀਆਂ ਹਨ, ਇਹ ਉਹਨਾਂ ਦੀ
ਬੰਦਗੀ ਕਰਕੇ ਹੈ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਅਰਾਧ ਦੇ ਤਨ ਕੀ ਬਰਕਤ ਖਾਏ ਅਸੰਖ ਕਰੋੜੇ। ਸੋ ਗੁਰੂ ਪਿਆਰ ਵਾਲਿਓ, ਅਸੰਖਾਂ ਅਤੇ ਕਰੋੜਾਂ ਲੋਕ ਨਾਮ ਜਪਣਿਆਂ ਦੀ ਕਮਾਈ ਖਾਂਦੇ ਹਨ। ਅੰਮ੍ਰਿਤ ਵੇਲਾ ਹਰ ਧਨ ਵੱਤੈ ਕਾ ਬੀਤਿਆ, ਭਗਤ ਖਾਏ ਖਰਚ ਰਹੇ ਤੋਟ ਨਾ ਆਵੇ। ਇਸ ਲਈ ਰਹਿਤਵਾਨ ਬਣਨ ਦੀ ਲੋੜ ਹੈ। ਔਰ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਿਹਾ ਹੈ ਔਰ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਸੋ ਆਪਾਂ ਵੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਗੂ ਰਹਿਤਵਾਨ ਹੋਣਾ, ਜੋ ਅੰਮ੍ਰਿਤ ਸੰਚਾਰ ਸਮਾਗਮ ਇਸ ਪਾਵਨ ਪਵਿੱਤਰ ਧਰਤੀ 'ਤੇ ਹੋ ਰਿਹਾ। ਸੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਭਾਈ, ਉਹ ਗੁਰੂ ਵਾਲੇ ਬਣੋ। ਵਾਰ ਵਾਰ ਸਟੇਜ ਤੋਂ ਆਪ ਜੀ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ। ਸੋ ਗੁਰੂ ਪਿਆਰ ਵਾਲੇ, ਉਹ ਸਿਰਫ ਇੱਕ ਬਚਨ ਆਪ ਜੀ ਦੇ ਨਾਲ ਸਾਂਝਾ ਕਰਨਾ, ਜਿਵੇਂ ਲਾਇਕ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜੀ, ਉਹਨਾਂ ਨੇ ਵੀ ਗੁਰੂ ਮਹਾਰਾਜ ਦਾ ਆਗਿਆਕਾਰੀ ਹੋਣਹਾਰ ਪੁੱਤਰ ਹੋਣ ਦੇ ਨਾਂ 'ਤੇ ਗੁਰੂ ਪਾਤਸ਼ਾਹ ਜੀ ਤੋਂ ਜਦੋਂ ਇਤਿਹਾਸ ਸੁਣਿਆ ਸੀ ਵੀ ਕਿਤਨਾ ਵੱਡਾ ਜ਼ੁਲਮ ਇਸ ਧਰਤੀ 'ਤੇ ਹੋਇਆ, ਮਾਸੂਮ ਜਿੰਦਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਉਹਨਾਂ ਨੂੰ ਵੀ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਤਾਂ ਕਹਿੰਦੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਅੰਗਿਆਰ ਵਰਸਣ ਲੱਗੇ, ਡੌਲੇ ਫੜਕਣ ਲੱਗੇ। ਅਤੇ ਉਹਨਾਂ ਨੇ ਵੀ ਇੱਕ ਲਾਇਕ ਪੁੱਤਰ ਦੀ ਤਰ੍ਹਾਂ ਕਿਹਾ ਸੀ, ਜਿਵੇਂ ਇੱਕ ਬੱਚਾ ਵਧੀਆ ਮਿਹਨਤ ਕਰਦਾ ਔਰ ਵਧੀਆ ਅਹੁਦੇ 'ਤੇ ਬਿਰਾਜਮਾਨ ਹੁੰਦਾ, ਆਪਣੇ ਬਾਪੂ ਨੂੰ ਕਹਿੰਦਾ ਬਾਪੂ ਕੋਈ ਨਹੀਂ, ਹੁਣ ਉਹ ਗਰੀਬੀ ਨੂੰ ਯਾਦ ਨਾ ਕਰੀ, ਉਹ ਗਰੀਬੀ ਵਾਲੇ ਦਿਨ ਮੈਂ ਕੱਟ ਦਿੱਤੇ। ਸੋ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਬੇਨਤੀ ਕੀਤੀ ਸੀ ਕਿ ਦਾਤਾ ਇਸ ਕੱਚੀ ਗੜੀ ਚਮਕੌਰ ਮੂਰੇ ਕਿਲ੍ਹਾ ਦਿੱਲੀ ਅਸੀਂ ਝੁਕਾ ਦਿਆਂਗੇ, ਦਿੱਲੀ ਦਾ ਕਿਲ੍ਹਾ ਵੀ ਇਸ ਚਮਕੌਰ ਦੀ ਕੱਚੀ ਗੜੀ ਦੇ ਅੱਗੇ ਝੁਕੇਗਾ। ਦਾਤਾ ਇਸ ਕੱਚੀ ਗੜੀ ਚਮਕੌਰ ਮੂਰੇ ਕਿਲ੍ਹਾ ਦਿੱਲੀ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹਾ ਆਨੰਦਪੁਰ ਦਾ, ਕੁਲੀ ਕੁਲੀ ਨੂੰ ਕਿਲ੍ਹਾ ਬਣਾ ਦਿਆਂਗੇ, ਮਾਛੀ ਵਾੜੀ ਦੇ ਸੱਥਰ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਕੰਢਿਆਂ ਨਾਲ ਤੈਨੂੰ ਸੌਣ ਦਿੱਤਾ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਸੋ ਇਸੇ ਤਰ੍ਹਾਂ ਆਪਾਂ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵਿੱਚੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਦਰਸ਼ਨ ਕਰਨ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਦਰਸ਼ਨ ਕਰਨ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੇ ਦਰਸ਼ਨ ਕਰਨ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਦਰਸ਼ਨ ਕਰਨ। ਸੋ ਜਿਵੇਂ ਮਹਾਂਪੁਰਸ਼ਾਂ ਨੇ ਚੜ੍ਹਦੀ ਕਲਾ ਨਾਲ ਔਰ ਸਿੱਖੀ ਦਾ ਪ੍ਰਚਾਰ ਕੀਤਾ, ਸਮਾਜ ਸੇਵਾ, ਲੋਕ ਭਲਾਈ ਦੇ ਕਾਰਜ ਕੀਤੇ, ਉਸੇ ਤਰ੍ਹਾਂ ਆਪਾਂ ਵੀ ਤਿਆਰ ਵਾਰ ਤਿਆਰ ਹੋ ਕੇ ਇਹ ਸਿੱਖੀ ਪ੍ਰਚਾਰ ਦੇ ਯੋਗਦਾਨ ਦੇ ਵਿੱਚ, ਸਮਾਜ ਸੇਵਾ, ਲੋਕ ਭਲਾਈ ਦੇ ਕਾਰਜਾਂ ਦੇ ਵਿੱਚ ਸੇਵਾਵਾਂ ਨਿਭਾਈਏ, ਤਾਂ ਕਿ ਸਾਡਾ ਲੋਕ ਸੁਖੀ, ਪ੍ਰਲੋਕ ਸੁਹੇਲਾ ਹੋਵੇ ਜੀ। ਸੋ ਦਾਸ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਸਤਿਕਾਰ ਭੇਟ ਕਰਦਾ ਹੈ, ਉੱਥੇ ਮਹਾਂਪੁਰਸ਼ਾਂ ਤੋਂ ਵਿਰਸਾਏ ਹੋਏ ਸੰਤ ਗਿਆਨੀ ਰਣਜੀਤ ਸਿੰਘ ਜੀ ਖਾਲਸਾ, ਜੋ ਚੜ੍ਹਦੀ ਕਲਾ ਨਾਲ ਅੱਜ ਪੰਥ ਦੀ ਅਗਵਾਈ ਕਰ ਰਹੇ ਹਨ, ਔਰ ਉਹਨਾਂ ਦਾ ਸਮੁੱਚਾ ਜਥਾ ਸਟੇਜ ਸਕੱਤਰ ਸਰਦਾਰ ਗੁਰਤੇਜ ਸਿੰਘ ਜੀ ਔਰ ਗਿਆਨੀ ਮੱਘਰ ਸਿੰਘ ਜੀ ਮਹਾਂਪੁਰਸ਼ਾਂ ਦੇ ਲਾਏ ਹੋਏ ਬੂਟੇ ਦਰਸ਼ਨ ਕਰਦੇ ਹਾਂ, ਬਾਬਾ ਭਰਪੂਰ ਸਿੰਘ ਜੀ ਜਲੂਰ ਵਾਲੇ। ਸੋ ਕਿਹਨਾਂ ਕਿਹਨਾਂ ਮਹਾਂਪੁਰਸ਼ਾਂ ਦੇ ਨਾਮ ਲਈ ਇਸ ਦਾਸ ਤੋਂ ਬਾਅਦ ਅਨੇਕਾਂ ਮਹਾਂਪੁਰਸ਼ਾਂ ਨੇ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਾ ਹੈ, ਔਰ ਭਾਈ ਹਰਬੰਸ ਸਿੰਘ ਜੀ ਜੈਨਪੁਰ ਵਾਲੇ ਉਹ ਵੀ ਪਹੁੰਚੇ, ਉਹਨਾਂ ਨੇ ਜਥੇ ਨੇ ਵੀ ਆਪ ਜੀ ਦੇ ਨਾਲ ਦਰਸ਼ਨ ਕਰਨੇ ਨੇ, ਔਰ ਦਾਸ ਦੇ ਸਾਥੀ ਭਾਈ ਚਰਨਪ੍ਰੀਤ ਸਿੰਘ ਜੀ ਮਾਹੌਰਾਣਾ, ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਜੋ ਆਪਣੇ ਹਲਕਾ ਅੰਮ੍ਰਿਤਗੜ੍ਹ ਅਤੇ ਮਲੇਰਕੋਟ ਦੇ ਵਿੱਚ ਧਰਮ ਪ੍ਰਚਾਰ ਸਰਗਰਮੀਆਂ ਜਿਨ੍ਹਾਂ ਨੇ ਤੇਜ਼ ਕੀਤੀਆਂ ਹੋਈਆਂ, ਉਹਨਾਂ ਨੇ ਵੀ ਆਪ ਜੀ ਦੇ ਨਾਲ ਦਰਸ਼ਨ ਕਰਨੇ ਨੇ। ਸੋ ਮਹਾਂਪੁਰਸ਼ਾਂ ਦੇ ਸਮੁੱਚੇ ਜਥੇ ਦਾ ਦਿਲ ਦੀਆਂ ਗਹਿਰਾਈਆਂ ਦੇ ਧੰਨਵਾਦ ਜੀ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਇਸ ਜੋੜ ਮੇਲ 'ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਪੁਰਾਈ ਹੈ। ਸੋ ਦਾਸ ਨੂੰ ਹੋਈਆਂ ਪੁੱਲਾਂ ਦੀ ਖਿਮਾ ਕਰਨੀ, ਅਗਲਾ ਜੋ ਪ੍ਰੋਗਰਾਮ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਟੇਜ ਸਕੱਤਰ ਸਰਦਾਰ ਗੁਰਤੇਜ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ, ਬੜੇ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੋ। ਅਗਲਾ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।